ਆ ਦੇਖੋ ਆ ਥਰੋਟਲ ਦੇ ਜਾਂਦਾ ਫੁੱਲ ਤੇ ਇਸ ਵਕਤ ਫੁੱਲ ਸਪੀਡ ਤੇ ਚੱਲਦਾ ਪਿਆ ਫਲਾਈਂਗ ਜਦੋਂ ਸਾਨੂੰ ਹੁਣ ਆ ਨਹੀਂ ਹੈਗਾ ਕਿ ਆ 5 ਮਿੰਟ ਕਿਉਂਕਿ ਤੇ ਚਿੰਚੇ ਨਹੀਂ ਹੈਗਾ ਫਿਊਲ ਤਾਂ ਹੈ ਹੀ ਨਹੀਂ ਆ ਆ ਸਾਡੇ ਤੇ ਡਿਪੈਂਡ ਆ ਕਿ ਦੇਰ ਤੱਕ ਨੂੰ ਫਲਾਈ ਕਰਨਾ ਕਿੰਨੀ ਦੇਰ ਜੇ ਬੇਸਿਕਲੀ ਜਿਹੜੀ ਬੈਟਰੀ ਆ ਉਹ ਆਰਾਮ ਨਾਲ ਅੱਧੇ ਘੰਟੇ ਤੱਕ ਫਲਾਈ ਕਰ ਸਕਦੀ ਆ ਕਿਸੇ ਨੰਬਰ ਆਰਾਮ ਨਾਲ ਰਿਲੈਕਸ ਹੋ ਕੇ ਸਾਡੇ ਅੱਧੇ ਘੰਟੇ ਆਰਾਮ ਨਾਲ ਚੱਲ ਜੂਗੀ ਤੁਹਾਡੀ ਬੈਟਰੀ ਕਿਉਂਕਿ ਤੁਹਾਡੇ ਕੰਟਰੋਲ ਐਲੀਵੇਟ ਕਰਨਾ ਨਹੀਂ ਐਲੀਵੇਟ ਕਰਨਾ ਨਹੀਂ ਸਿਰਫ ਬੈਟਰੀ ਰਿਮੂਵ ਕਰਵਾਉਣਾ ਇੰਜ ਨਹੀਂ ਘੁਮਾਉਣਾ ਆ ਆਰਾਮ ਨਾਲ ਅੱਧਾ ਘੰਟਾ ਨਿਕਲ ਜੂਗਾ ਹੌਲੀ ਹੌਲੀ ਕਰਾਂਗੇ ਪੂਰਾ